ਸਤਿ ਸ਼੍ਰੀ ਅਕਾਲ ਦੋਸਤੋ, ਮੈਂ ਪਰਮਿੰਦਰਜੀਤ ਸਿੰਘ ਈਗਲ ਈਗਲ ਮੈਟਿਸ਼ ਕਲੱਬ ਦੇ ਅੱਜ ਦੇ ਇਸ ਪ੍ਰੋਗਰਾਮ 'ਚ ਤੁਹਾਡਾ ਸਵਾਗਤ ਕਰਦਾ ਹਾਂ। ਦੋਸਤੋ, ਜੋ ਅੱਜ ਦਾ ਸਾਡਾ ਵਿਸ਼ਾ ਹੈ ਉਹ ਹੈ ਗੁਰੂ ਨਾਨਕ ਦੀ ਸਮਾਧੀ। ਗੁਰੂ ਨਾਨਕ ਯੋਗੀਆਂ ਦੇ ਵਾਂਗੂ ਹੱਠ ਯੋਗ ਨਹੀਂ ਕਰਦੇ, ਗੁਰੂ ਨਾਨਕ ਸੂਫੀਆਂ ਦੇ ਵਾਂਗ ਵੀ ਨਹੀਂ ਰਹਿੰਦੇ। ਗੁਰੂ ਨਾਨਕ ਦੀ ਸਮਾਧੀ ਤਾਂ ਬਿਲਕੁਲ ਵੱਖਰੀ ਹੈ। ਗੁਰੂ ਨਾਨਕ ਦੀ ਸਮਾਧੀ ਕੀਰਤਨ ਵਿੱਚ ਹੈ, ਗਾਉਣ ਵਿੱਚ ਹੈ। ਗੁਰੂ ਨਾਨਕ ਨੇ ਪ੍ਰਭੂ ਦੀ ਪ੍ਰਾਪਤੀ ਕੀਰਤਨ ਤੋਂ ਹੀ ਕੀਤੀ। ਗੁਰੂ ਨਾਨਕ ਜਦੋਂ ਵੀ ਗਾਉਂਦੇ ਦਿਲ ਤੋਂ ਗਾਉਂਦੇ, ਗੁਰੂ ਨਾਨਕ ਦੀ ਸਮਾਧੀ ਦਿਲ ਤੋਂ ਗਾਉਣ ਨਾਲ ਹੀ ਹੈ। ਗੁਰੂ ਨਾਨਕ ਨੇ ਪਰਮਾਤਮਾ ਦੀ ਪ੍ਰਾਪਤੀ ਗਾ ਕੇ ਹੀ ਪ੍ਰਾਪਤ ਕੀਤੀ। ਗੁਰੂ ਨਾਨਕ ਨੂੰ ਗਿਆਨ ਕੀਰਤਨ ਵਿੱਚੋਂ ਹੀ ਪ੍ਰਾਪਤ ਹੋਇਆ। ਗੁਰੂ ਨਾਨਕ ਜਦੋਂ 3 ਦਿਨ ਦੇ ਲਈ ਵਈ ਨਦੀ ਵਿੱਚ ਜਾਂਦੇ ਨੇ ਤਾਂ ਸਭ ਹੈਰਾਨ ਰਹਿ ਜਾਂਦੇ ਨੇ, ਬੜੀ ਚਿੰਤਾ ਵਿੱਚ ਪੈ ਜਾਂਦੇ ਨੇ ਕਿ ਗੁਰੂ ਨਾਨਕ ਕਿੱਥੇ ਚਲੇ ਗਏ, ਗੁਰੂ ਨਾਨਕ ਕਿੱਥੇ ਚਲੇ ਗਏ। ਸਭ ਨੇ ਆਸਾਂ ਛੱਡ ਦਿੱਤੀਆਂ, ਆਸ ਛੱਡੀ ਨਹੀਂ ਤਾਂ ਭਾਈ ਮਰਦਾਨਾ ਜੀ ਨੇ ਨਹੀਂ ਛੱਡੀ। ਉਹਨਾਂ ਨੂੰ ਆਸ ਸੀ ਕਿ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਖੁਦ ਇੱਕ ਉਹ ਰੱਬੀ ਰੂਹ ਹਨ ਜੋ ਇਸ ਸੰਸਾਰ ਦੇ ਵਿੱਚ ਗਿਆਨ ਦਾ ਪ੍ਰਸਾਰ ਕਰਨ ਦੇ ਲਈ ਆਏ ਹਨ, ਗਿਆਨ ਦੀ ਵੰਡ ਕਰਨ ਦੇ ਲਈ ਆਏ ਹਨ, ਗੁਰਸ ਨਿਰੰਕਾਰ ਅਕਾਲ ਪੁਰਖ ਦੀ ਉਸਤਤ ਕਰਨ ਦੇ ਲਈ ਆਏ ਹਨ, ਉਲਕਾ ਅਕਾਲ ਪੁਰਖ ਦੀ ਹੋਦ ਨੂੰ ਸਮਝਾਉਣ ਦੇ ਲਈ ਆਏ ਹਨ। ਗੁਰੂ ਨਾਨਕ ਨੇ ਜੋ ਵੀ ਕੀਤਾ ਉਹ ਪੂਰੇ ਦਿਲ ਤੋਂ ਕੀਤਾ, ਆਪਣੇ ਅੰਦਰ ਤੋਂ ਕੀਤਾ। ਗੁਰੂ ਨਾਨਕ ਨੇ ਭੇਖ 'ਚ ਨਹੀਂ ਵਟਾਇਆ, ਗੁਰੂ ਨਾਨਕ ਨੇ ਕਰਮ ਕਾਂਡ ਨਹੀਂ ਕੀਤੇ। ਗੁਰੂ ਨਾਨਕ ਸਭ ਤੋਂ ਅਲੱਗ ਸੀ। ਗੁਰੂ ਨਾਨਕ ਐਸੀ ਰੂਹ ਹੋਏ ਹਨ, ਇੱਕ ਐਸੀ ਸ਼ਕਤੀ ਹੋਏ ਹਨ ਜਿਸ ਨੇ ਮਨੁੱਖਤਾ ਨੂੰ ਬਰਾਬਰੀ 'ਤੇ ਲਿਆ ਠੱਲਿਆ। ਉਹਨਾਂ ਦੀ ਨਜ਼ਰ ਵਿੱਚ ਅਮੀਰ ਗਰੀਬ ਇੱਕ ਹਨ, ਉਹਨਾਂ ਦੀ ਨਜ਼ਰ ਵਿੱਚ ਔਰਤ ਮਰਦ ਇੱਕ ਹਨ। ਗੁਰੂ ਨਾਨਕ ਐਸੇ ਸੰਨਿਆਸ ਦੀ ਗੱਲ ਕਰਦੇ ਹਨ। ਸੋ ਗੁਰੂ ਨਾਨਕ ਦੀ ਜੋ ਪ੍ਰਾਪਤੀ ਹੈ ਉਹ ਸੰਗੀਤ ਵਿੱਚੋਂ ਉਪਜਦੀ ਹੈ। ਜੇਕਰ ਅੱਜ ਦੇ ਸਮੇਂ ਦੀ ਆਪਾਂ ਗੱਲ ਕਰੀਏ ਤਾਂ ਅਜੋਕੇ ਸਮੇਂ ਦੇ ਵਿੱਚ ਸੰਗੀਤ ਨੂੰ ਕਾਮ ਵਾਸਨਾ 'ਤੇ ਜ਼ਿਆਦਾ ਲਗਾਇਆ ਜਾ ਰਿਹਾ ਹੈ। ਸੰਗੀਤ ਨੂੰ ਜ਼ਿਆਦਾਤਰ ਆਪਣੀਆਂ ਵਾਸਨਾਵਾਂ ਨੂੰ ਪੂਰਤੀ ਕਰਨ ਦੇ ਲਈ ਲਾਇਆ ਜਾ ਰਿਹਾ ਹੈ। ਮੁਗਲ ਕਾਲ ਦੇ ਦੌਰਾਨ ਇਸੇ ਵਜ੍ਹਾ ਦੇ ਕਰਕੇ ਮੁਗਲ ਬਾਦਸ਼ਾਹਾਂ ਨੇ, ਮੁਗਲ ਸਮਰਾਟਾਂ ਨੇ ਸੰਗੀਤ ਦੇ ਉੱਤੇ ਰੋਕ ਲਗਾਈ ਸੀ ਕਿ ਸੰਗੀਤ ਕਾਮ ਵਾਸਨਾਵਾਂ ਨੂੰ ਭੜਕਾਉਂਦਾ ਹੈ। ਅਤੇ ਗੁਰੂ ਨਾਨਕ ਨੇ ਉਸੇ ਸੰਗੀਤ ਨੂੰ ਰੱਬ ਨੂੰ ਪ੍ਰਾਪਤ ਕਰਨ ਦਾ ਜ਼ਰੀਆ ਬਣਾਇਆ, ਉਸੇ ਸੰਗੀਤ ਨੂੰ ਸਮਾਧੀ ਦਾ ਜ਼ਰੀਆ ਬਣਾਇਆ। ਉਸੇ ਸੰਗੀਤ ਰਾਹੀਂ ਗੁਰੂ ਨਾਨਕ ਨੇ ਉਸ ਅਕਾਲ ਪੁਰਖ ਨਿਰੰਕਾਰ ਦੀ ਉਸਤਤ ਕੀਤੀ ਅਤੇ ਇੱਕ ਸੱਚੇ ਮਾਰਗ ਦੀ ਪਹਿਚਾਣ ਮਨੁੱਖਤਾ ਨੂੰ ਦੱਸੀ।